ਕਹਿੰਦੇ ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ। ਪਰਮਾਤਮਾ ਦੀ ਸਿਫਤ ਸਲਾਹ ਉਹੀ ਕਰਦੇ ਹੈ, ਰੱਬ ਦੇ ਗੁਣ ਉਹੀ ਗਾਉਂਦੇ ਹੈ ਜਿਹਨੂੰ ਪਰਮਾਤਮਾ ਵਾਹਿਗੁਰੂ ਆਪ ਗਵਾ ਲੈਂਦਾ ਹੈ, ਜਿਹਦੇ 'ਤੇ ਪਰਮਾਤਮਾ ਵਾਹਿਗੁਰੂ ਜੀ ਆਪ ਕਿਰਪਾ ਕਰਦੇ ਹੈ, ਉਹੀ ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰ ਸਕਦਾ ਹੈ। ਉੱਦਮ ਹਰ ਸਮੇਂ ਕਰਨਾ ਚਾਹੀਦਾ ਹੈ, ਮਾੜੇ ਪਾਸਿਓਂ ਕਿਨਾਰਾ ਕਰਨਾ ਚਾਹੀਦਾ, ਚੰਗੇ ਪਾਸੇ ਨੂੰ ਤੁਰਨਾ ਚਾਹੀਦਾ ਹੈ। ਪਰ ਸੰਸਾਰ ਦੇ ਹਾਲਾਤ ਇਹੋ ਜਿਹੇ ਹੈ, ਮਾੜੇ ਪਾਸੇ ਭੱਜ ਭੱਜ ਕੇ ਜਾਂਦੇ ਹਾਂ, ਚੰਗੇ ਪਾਸੇ ਤੁਰਨ ਦਾ ਸਾਡਾ ਸੁਭਾਅ ਨਹੀਂ ਹੈ, ਜਾਂ ਇਉਂ ਕਹਿ ਲਓ ਸਾਡੀ ਸੁਸਾਇਟੀ ਇਹੋ ਜਿਹੀ ਹੈ, ਸਾਡੀ ਸੰਗਤ ਇਹੋ ਜਿਹੀ ਹੈ। ਸੰਗਤ ਬੰਦੇ ਦੇ ਜੀਵਨ 'ਤੇ ਬੜਾ ਪ੍ਰਭਾਵ ਪਾਉਂਦੀ ਹੈ। ਸੰਗਤ ਦੋ ਤਰ੍ਹਾਂ ਦੀ ਹੁੰਦੀ ਹੈ ਜੀ, ਇੱਕ ਕੁਸੰਗਤ ਹੁੰਦੀ ਹੈ, ਇੱਕ ਹੁੰਦੀ ਹੈ ਸਤਸੰਗਤ। ਸਤਸੰਗਤ ਵਿੱਚ ਆ ਕੇ ਤੁਸੀਂ ਬੈਠੋਗੇ, ਤੁਹਾਡਾ ਬੇੜਾ ਪਾਰ ਹੋ ਜਾਏਗਾ, ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗੇ ਗੁਣ ਆਉਣਗੇ, ਤੁਹਾਡਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਪਿਆਰ ਪਏਗਾ। ਅਤੇ ਜਿਹੜੀ ਕੁਸੰਗਤ ਹੈ, ਮਾੜੇ ਬੰਦਿਆਂ ਦੀ ਸੰਗਤ ਤੁਹਾਨੂੰ ਵੀ ਮਾੜਾ ਬਣਾ ਸਕਦੀ ਹੈ। ਚੋਰਾਂ ਦੀ ਸੰਗਤ ਕਰੋਗੇ, ਤੁਸੀਂ ਵੀ ਚੋਰ ਬਣ ਜਾਓਗੇ। ਨਸ਼ਾ ਕਰਨ ਵਾਲੇ ਦੀ ਸੰਗਤ ਕਰੋਗੇ, ਤੁਹਾਨੂੰ ਵੀ ਸਹਿਜੇ ਸਹਿਜੇ ਉਹ ਰੰਗ ਚੜ੍ਹ ਜਾਏਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹੈ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਪਾਏ। ਜਿਹੋ ਜਿਹੀ ਸੰਗਤ ਕਰੋਗੇ, ਉਹੋ ਜਿਹਾ ਤੁਹਾਨੂੰ ਫਲ ਮਿਲ ਜਾਏਗਾ। ਗੁਰੂ ਦੇ ਚਰਨਾਂ ਵਿੱਚ ਤੁਸੀਂ ਆ ਕੇ ਬੈਠੇ ਹੋ, ਇੱਥੇ ਵੀ ਮਹਾਰਾਜ ਨੇ ਇਹੀ ਫਰਮਾਨ ਕੀਤਾ ਹੈ, ਭਾਈ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠਦਾ ਹੈ, ਸਤਿਗੁਰ ਜੀਆਂ ਦੇ ਚਰਨਾਂ ਵਿੱਚ ਬੈਠਦਾ ਹੈ, ਗੁਰਬਾਣੀ ਸੁਣਦਾ ਹੈ, ਕਥਾ ਵਿਚਾਰ ਸੁਣਦਾ, ਸਤਿਗੁਰ ਜੀਆਂ ਦੀ ਬਾਣੀ ਨੂੰ ਸਰਵਣ ਕਰਦਾ ਹੈ, ਜਿਹੋ ਜਿਹੀ ਭਾਵਨਾ ਲੈ ਕੇ ਆਏਗਾ, ਉਹੋ ਜਿਹਾ ਹੀ ਇੱਥੋਂ ਵੀ ਫਲ ਮਿਲ ਜਾਂਦਾ ਹੈ। ਕੋਈ ਗੁਰੂ ਦੇ ਚਰਨਾਂ ਵਿੱਚ ਆ ਕੇ ਮੰਗਦਾ, ਮਹਾਰਾਜ ਮੇਰੀ ਜ਼ਿੰਦਗੀ ਵਿੱਚ ਸੁੱਖ ਆ ਜਾਣ, ਭਾਵਨਾ ਨਾਲ ਮੰਗ ਕੇ ਵੇਖੋ, ਗੁਰੂ ਦੇ ਕੋਲੋਂ ਸੁੱਖ ਵੀ ਮਿਲਦੇ ਆ। ਕੋਈ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ, ਮਹਾਰਾਜ ਮੇਰੇ ਕਰ ਪੁੱਤਰ ਧੀ ਦੀ ਦਾਤ ਦੇ ਦਿਓ, ਮਹਾਰਾਜ ਸੱਚੇ ਪਾਤਸ਼ਾਹ ਉਹ ਵੀ ਕਿਰਪਾ ਕਰਦੇ ਆ। ਪਰ ਕੋਈ ਵਿਰਲਾ ਹੀ ਹੈ ਜਿਹਨੂੰ ਬਾਣੀ ਨੇ ਆਖਿਆ, ਜੱਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੇ। ਉਹ ਵਿਰਲੇ ਹੈ ਜਿਹੜੇ ਇਹ ਦਾਤ ਮੰਗਦੇ ਹੈ, ਮਹਾਰਾਜ ਜੀ ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਦੇ ਦਿਓ, ਮੈਨੂੰ ਆਪਣੇ ਨਾਮ ਦੀ ਦਾਤ ਦੇ ਦਿਓ। ਕਿਉਂਕਿ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਤੁਸੀਂ ਮਨਾ ਰਹੇ ਹੋ, ਮਾਘ ਮਹੀਨੇ ਦੀ ਸਮਾਪਤੀ ਹੋਈ ਹੈ, ਫੱਗਣ ਮਹੀਨਾ ਆਰੰਭ ਹੋਇਆ ਹੈ। ਜਦੋਂ ਤੁਸੀਂ 12 ਮਾਹਾਂ ਦੀ ਬਾਣੀ ਨੂੰ ਪੜ੍ਹਦੇ ਹੋ, ਬਾਣੀ ਦੀ ਆਰੰਭਤਾ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਬਾਣੀ ਦੀ ਆਰੰਭਤਾ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੀ ਦਾਤ ਮੰਗ ਰਹੇ ਹੈ, ਦਰਸ਼ਨਾਂ ਦੀ ਦਾਤ ਮੰਗ ਰਹੇ ਹੈ। ਮਹਾਰਾਜ ਸਾਨੂੰ ਸਮਝਾ ਰਹੇ ਹੈ, ਉਹ ਤਾਂ ਆਪ ਪਰਮੇਸ਼ਰ ਦਾ ਰੂਪ ਸਨ, ਪਰ ਗੁਰੂ ਨੇ ਸਾਨੂੰ ਅਰਦਾਸ ਕਰਨ ਦੀ ਜਾਚ ਸਿਖਾਈ ਹੈ, ਬੇਨਤੀ ਕਰਨ ਦੀ ਜਾਚ ਸਿਖਾਈ ਹੈ। ਮਹਾਰਾਜ ਕਹਿੰਦੇ, ਜਦੋਂ ਵੀ ਗੁਰੂ ਅੱਗੇ ਆ ਕੇ ਖੜ੍ਹੇ,
ਦੁਨਿਆਵੀ ਵਸਤੂਆਂ ਮੰਗਣੀਆਂ ਚੰਗੀ ਗੱਲ ਹੈ, ਗੁਰੂ ਦੇ ਪਾਸੋਂ ਹੀ ਮੰਗਣੀਆਂ, ਪਰ ਇੱਕ ਮੰਗ ਤੇਰੀ ਜ਼ਰੂਰ ਹੋਣੀ ਚਾਹੀਦੀ ਹੈ। ਪਰਮਾਤਮਾ ਜੀ, ਬਹੁਤ ਜਨਮ ਬਿਸ਼ਰੇਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਪਤਾ ਹੀ ਨਹੀਂ ਕਿੰਨੇ ਕੁ ਜਨਮ ਹੋ ਗਏ ਤੇਰੇ ਨਾਲੋਂ ਵਿਛੜਿਆ ਹੋਇਆਂ ਨੂੰ, ਕਿਤੇ ਕਿਰਪਾ ਕਰ ਦਿਓ ਇਸ ਜਨਮ ਵਿੱਚ ਰਹਿੰਦਿਆਂ ਰਹਿੰਦਿਆਂ ਤੁਹਾਡੇ ਦਰਸ਼ਨ ਹੋ ਜਾਣ। ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ, ਪਰਮਾਤਮਾ ਤੂੰ ਸਾਰਿਆਂ 'ਤੇ ਕਿਰਪਾ ਕਰਦਾ ਹੈ, ਕਿਤੇ ਸਾਡੇ 'ਤੇ ਵੀ ਤਰਸ ਕਰਕੇ ਸਾਨੂੰ ਵੀ ਇੱਕ ਖਿੰਨ ਵਾਸਤੇ। ਇੱਕ ਖਿੰਨ ਪਤਾ ਕਿੰਨਾ ਹੁੰਦਾ ਜੀ? ਅੱਖ ਝਮਕਣ ਜਿੰਨਾ ਸਮਾਂ। ਇੱਕ ਖਿੰਨ ਵਾਸਤੇ ਵੀ ਸਾਨੂੰ ਕਿਤੇ ਦਰਸ਼ਨ ਦੇ ਦੇ, ਕਿਤੇ ਤੁਹਾਡੀ ਝਲਕ ਪੈ ਜਾਏ। ਉਹ ਗੁਰਮੁਖ ਪਿਆਰੇ ਕਿਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਹੈ, ਜਿਨ੍ਹਾਂ ਨੂੰ ਪਰਮਾਤਮਾ ਵਿਖਦਾ ਹੈ। ਆਪਾਂ ਤਾਂ ਦਰਸ਼ਨਾਂ ਦੀ ਦਾਤ ਮੰਗਦੇ ਹਾਂ। ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਬਾਣੀ ਦੀ ਆਰੰਭਤਾ ਵਿੱਚ ਵੀ ਮਹਾਰਾਜ ਨੇ ਦਰਸ਼ਨਾਂ ਦੀ ਦਾਤ ਮੰਗੀ ਹੈ, ਅਤੇ ਜਦੋਂ ਮਾਝ ਰਾਗ ਦੀ ਸਮਾਪਤੀ ਹੁੰਦੀ ਹੈ, ਜਦੋਂ ਬਾਰਾਂ ਮਾਹਾਂ ਦੀ ਬਾਣੀ ਦੀ ਸਮਾਪਤੀ ਹੁੰਦੀ ਹੈ, ਸਮਾਪਤੀ ਦਾ ਆਖਰੀ ਸ਼ਬਦ 14ਵੇਂ ਸ਼ਬਦ ਵਿੱਚ ਵੀ ਮਹਾਰਾਜ ਨੇ ਆਖਿਆ, ਨਾਨਕ ਮੰਗੈ ਦਰਸਦਾਨ, ਮਹਾਰਾਜ ਮੈਨੂੰ ਦਰਸ਼ਨਾਂ ਦੀ ਦਾਤ ਦੇ ਦਿਓ, ਮੈਨੂੰ ਕਿਰਪਾ ਕਰ ਦਿਓ ਮੇਰੇ 'ਤੇ, ਮੇਰੇ 'ਤੇ ਰਹਿਮਤ ਕਰਕੇ, ਤਰਸ ਕਰਕੇ ਆਪਣੇ ਦਰਸ਼ਨਾਂ ਦੀ ਦਾਤ ਦੇ ਦਿਓ। ਸਦਾ ਹੀ ਮੰਗਣਾ ਚਾਹੀਦਾ। ਸਾਡੇ ਭਗਤਾਂ ਨੇ ਵੀ ਮੰਗਿਆ ਅਤੇ ਸਾਨੂੰ ਵੀ ਗੁਰੂ ਨੇ ਇਹੀ ਉਪਦੇਸ਼ ਦਿੱਤਾ। ਅਤੇ ਸੰਗਤ ਜੀ, ਜਿਨ੍ਹਾਂ 'ਤੇ ਪਰਮਾਤਮਾ ਨੇ ਤਰਸ ਕਰਕੇ ਆਪਣੇ ਦਰਸ਼ਨਾਂ ਦੀ ਦਾਤ ਦੇ ਦਿੱਤੀ, ਆ ਸੁਣਿਓ ਧਿਆਨ ਦੇ ਨਾਲ, ਸੰਗਰਾਂਦ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਮਹਾਰਾਜ ਸੱਚੇ ਪਾਤਸ਼ਾਹ ਕੀ ਰਹਿਮਤਾਂ ਫਿਰ ਕਰਦੇ ਹੈ। ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਆਨੰਦ ਆ ਗਿਆ, ਪਰਮਾਤਮਾ ਆ ਕੇ ਵਸ ਗਿਆ, ਜਿਹਨੂੰ ਵਾਹਿਗੁਰੂ ਜੀ ਦਰਸ਼ਨ ਦੇ ਦਿੰਦੇ ਹੈ, ਉਹਦੀ ਬਾਬਤ ਫੱਗਣ ਦੇ ਮਹੀਨੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਵੇਖੋ ਸਾਨੂੰ ਕੀ ਉਪਦੇਸ਼ ਦੇ ਰਹੇ ਹੈ। ਮਨ ਵਿਰਤੀਆਂ ਕਰੋ ਇਕਾਗਰ, ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਆਨੰਦ ਆ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਆਨੰਦ ਆ ਗਿਆ, ਉਹਨਾਂ ਦੀ ਨਿਸ਼ਾਨੀ ਕੀ ਹੈ? ਮਹਾਰਾਜ ਕਹਿੰਦੇ ਹਰ ਸੱਜਣ ਪ੍ਰਗਟੇ ਆਏ, ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਸੱਜਣ ਪ੍ਰਗਟ ਹੋ ਗਿਆ। ਹਰ ਕੋਈ ਕਹਿੰਦਾ ਵੀ ਮੈਨੂੰ ਆਨੰਦ ਆ ਗਿਆ ਜੀ, ਮੈਂ ਪ੍ਰਸ਼ਾਦਾ ਛਕਿਆ, ਬੜਾ ਵਧੀਆ ਪ੍ਰਸ਼ਾਦਾ ਸੀ ਅੱਜ, ਕੋਈ ਵਧੀਆ ਸਬਜ਼ੀ ਸਾਨੂੰ ਮਿਲ ਜਾਏ ਨਾ ਅਤੇ ਆਪਾਂ ਇੱਕ ਪ੍ਰਸ਼ਾਦਾ ਵਾਧੂ ਛਕ ਲੈਂਦੇ ਹਾਂ। ਕੋਈ ਚੀਜ਼ ਵੇਖਣ ਨੂੰ ਵਧੀਆ ਮਿਲ ਜਾਏ, ਅਸੀਂ ਕਹਿੰਦੇ ਵੀ ਇਹਦੇ ਨਾਲ ਦੀ ਤਾਂ ਆਪਾਂ ਚੀਜ਼ ਹੀ ਨਹੀਂ ਵੇਖੀ, ਅੱਜ ਜ਼ਿੰਦਗੀ ਵਿੱਚ ਆਨੰਦ ਆ ਗਿਆ। ਗੁਰਮੁਖ ਪਿਆਰੇ ਦਰਬਾਰ ਸਾਹਿਬ ਜਾਂਦੇ ਹੈ, ਗੁਰੂ ਦੇ ਦਰਸ਼ਨ ਕਰਕੇ ਆਖਦੇ ਹੈ ਆਨੰਦ ਆ ਗਿਆ। ਅਸਲ ਆਨੰਦ ਗੁਰੂ ਦੇ ਦਰਸ਼ਨਾਂ ਵਿੱਚ ਹੈ। ਤੁਸੀਂ ਪ੍ਰਸ਼ਾਦਾ ਛਕੋ, ਥੋੜ੍ਹੇ ਸਮੇਂ ਦਾ ਆਨੰਦ ਹੈ। ਕੋਈ ਚੀਜ਼ ਵੇਖੋ, ਥੋੜ੍ਹੇ ਸਮੇਂ ਦਾ ਆਨੰਦ ਹੈ। ਪਰ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ 'ਤੇ ਜਾਣਿਆ, ਅਸਲ ਆਨੰਦ ਗੁਰੂ ਦੇ ਚਰਨਾਂ ਵਿੱਚ ਹੈ। ਆਨੰਦ ਦੀ ਪਰਿਭਾਸ਼ਾ ਕੀ ਹੈ? ਆਨੰਦ ਦੀ ਪਰਿਭਾਸ਼ਾ ਇਹੀ ਹੈ, ਆਨੰਦ ਦਾ ਕੋਈ ਦੂਜਾ ਓਪੋਜਿਟ ਵਰਲਡ ਨਹੀਂ ਹੈ। ਦੁੱਖ ਦਾ ਸੁੱਖ ਹੈ, ਦਿਨ ਦਾ ਰਾਤ ਹੈ, ਅਤੇ ਸੰਗਤ ਜੀ ਆਨੰਦ ਦਾ ਕੋਈ ਦੂਜਾ ਲਫਜ਼ ਨਹੀਂ ਹੈ।
ਆਨੰਦ ਆਨੰਦ ਹੀ ਹੈ, ਆਨੰਦ ਇੰਨਾ ਹੈ ਖੋਪਰੀਆਂ ਲੈ ਜਾਂਦੀਆਂ ਆਨੰਦ ਨਹੀਂ ਜਾਂਦਾ, ਬੰਦ ਬੰਦ ਕੱਟਿਆ ਜਾਂਦਾ ਆਨੰਦ ਨਹੀਂ ਜਾਂਦਾ। ਸੰਗਤ ਜੀ ਤੱਤੀਆਂ ਤਵੀਆਂ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠ ਗਏ ਪਰ ਆਨੰਦ ਨਹੀਂ ਗਿਆ। ਮਹਾਰਾਜ ਕਹਿੰਦੇ ਆਪਣੀ ਜ਼ਿੰਦਗੀ ਵਿੱਚ ਆਨੰਦ ਲੈ ਕੇ ਆ। ਆਨੰਦ ਉਦੋਂ ਹੀ ਆਏਗਾ ਜਦੋਂ ਅਸੀਂ ਭਾਵਨਾ ਨਾਲ ਆ ਕੇ ਗੁਰੂ ਦੇ ਚਰਨਾਂ ਵਿੱਚ ਬੈਠਦੇ ਹਾਂ, ਜਦੋਂ ਅਸੀਂ ਸੰਗਤ ਵਿੱਚ ਆ ਕੇ ਸਤਿਗੁਰੂ ਜੀ ਦੀ ਬਾਣੀ ਨੂੰ ਸੁਣਦੇ ਹਾਂ, ਬਾਣੀ ਦੇ ਵਿੱਚੋਂ ਹੀ ਆਨੰਦ ਪ੍ਰਾਪਤ ਹੋਏਗਾ। ਮਹਾਰਾਜ ਕਹਿੰਦੇ ਫਲ ਗੁਣ ਆਨੰਦ ਉਪਾਰ ਜਨਾ। ਸਰਦੀ ਦੀ ਰੁੱਤ ਨਿਕਲੀ ਹੈ, ਬਨਸਪਤੀ ਵੀ ਐਨੂੰ ਹਰੀ ਭਰੀ ਹੋ ਜਾਣੀ। ਵੇਖਿਓ ਹੁਣ ਮਹਾਰਾਜ ਕਹਿੰਦੇ ਜਿਵੇਂ ਬਨਸਪਤੀ ਹਰੀ ਭਰੀ ਹੋਣੀ ਹੈ, ਨਵੇਂ ਪੱਤੇ ਆ ਰਹੇ ਹੈ, ਤੇਰੀ ਜ਼ਿੰਦਗੀ ਵਿੱਚ ਵੀ ਤਬਦੀਲੀ ਆਉਣੀ ਚਾਹੀਦੀ ਹੈ, ਤੇਰੀ ਜ਼ਿੰਦਗੀ ਵਿੱਚ ਵੀ ਪਰਿਵਰਤਨ ਆਉਣਾ ਚਾਹੀਦਾ, ਤੇਰੀ ਜ਼ਿੰਦਗੀ ਵਿੱਚ ਵੀ ਆਨੰਦ ਆਉਣਾ ਚਾਹੀਦਾ। ਆਨੰਦ ਕਦੋਂ ਆਏਗਾ? ਹਰ ਸੱਜਣ ਪ੍ਰਗਟੇ ਆਏ, ਜਦੋਂ ਪਰਮਾਤਮਾ ਵਾਹਿਗੁਰੂ ਸੱਜਣ ਪ੍ਰਤੱਖ ਰੂਪ ਵਿੱਚ ਤੇਰੇ ਹਿਰਦੇ ਵਿੱਚ ਪ੍ਰਗਟ ਹੋ ਗਿਆ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਸਹਾਈ ਪਰਮਾਤਮਾ ਨੂੰ ਮਿਲਾਏਗਾ ਕੌਣ ਜੀ? ਦੁਨਿਆਵੀ ਰਿਸ਼ਤਾ ਕਰਨਾ ਹੋਵੇ ਵਿਚੋਲੇ ਦੀ ਲੋੜ ਪੈਂਦੀ ਹੈ। ਸੰਗਤ ਜੀ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਵੀ ਵਿਚੋਲਾ ਚਾਹੀਦਾ ਹੈ। ਉਹ ਵਿਚੋਲੇ ਕੌਣ ਬਣਦੇ ਹੈ? ਜਿਨ੍ਹਾਂ ਨੂੰ ਰੱਬ ਦੇ ਘਰ ਦਾ ਰਸਤਾ ਪਤਾ ਹੋਵੇ। ਰੱਬ ਦੇ ਘਰ ਦਾ ਰਸਤਾ ਕਿਹਨਾਂ ਨੂੰ ਪਤਾ ਹੈ? ਜਿਨ੍ਹਾਂ ਨੂੰ ਬਾਣੀ ਵਿੱਚ ਮਹਾਰਾਜ ਨੇ ਆਖਿਆ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ। ਰੱਬ ਦੇ ਪਿਆਰੇ ਸੰਤ ਜਨਾਂ ਕੋਲ ਜਾਣਾ ਪਏਗਾ, ਸਾਧੂਆਂ ਦੀ ਸੰਗਤ ਵਿੱਚ ਬਹਿਣਾ ਪਏਗਾ। ਸੰਤ ਸਹਾਈ ਰਾਮ ਕੇ, ਮਹਾਰਾਜ ਕਹਿੰਦੇ ਰਾਮ ਦੇ ਨਾਲ ਮਿਲਣ ਵਾਸਤੇ, ਪਰਮਾਤਮਾ ਦੇ ਨਾਲ ਮਿਲਾਪ ਵਾਸਤੇ ਰੱਬ ਦੇ ਪਿਆਰੇ ਸੰਤ ਜਨ ਸਹਾਇਤਾ ਕਰਦੇ ਹੈ। ਕਰ ਕਿਰਪਾ ਦੀਆ ਮਿਲਾਏ, ਜੇ ਉਹਨਾਂ ਦੀ ਕਿਤੇ ਕਿਰਪਾ ਹੋ ਜਾਏ ਅਸੀਂ ਪਰਮਾਤਮਾ ਨਾਲ ਜੁੜ ਸਕਦੇ ਹਾਂ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ। ਸੇਜ ਤੋਂ ਭਾਵ ਹੈ ਸੇਜਾ, ਜਿਵੇਂ ਅਸੀਂ ਮਿੰਜਿਆਂ 'ਤੇ ਪੈਂਦੇ ਹਾਂ, ਬੈੱਡ 'ਤੇ ਪੈਂਦੇ ਹਾਂ, ਉਹਨੂੰ ਸੇਜਾ ਕਹਿੰਦੇ ਹੈ। ਪਰ ਇੱਥੇ ਜਿਹੜੀ ਸੇਜਾ ਦੀ ਗੱਲ ਕੀਤੀ ਹੈ ਉਹ ਸੇਜਾ ਹੈ ਹਿਰਦਾ ਰੂਪੀ ਘਰ। ਮਹਾਰਾਜ ਕਹਿੰਦੇ ਸੇਜ ਸੁਹਾਵੀ, ਸੁਹਾਵੀ ਤੋਂ ਸੁਹਾਵੀ ਤੋਂ ਭਾਵ ਹੈ ਸੋਹਣੀ। ਸੇਜ ਸੁਹਾਵੀ ਸਰਬ ਸੁੱਖ, ਉਹਨਾਂ ਦੀ ਸੇਜਾ ਸੋਹਣੀ ਬਣ ਜਾਂਦੀ ਹੈ, ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਸੁੱਖ ਹੀ ਸੁੱਖ ਆ ਜਾਂਦੇ। ਇੱਕ ਸੁੱਖ ਦੀ ਗੱਲ ਨਹੀਂ, ਸਰਬ ਸੁੱਖ। ਸਰਬ ਸੁੱਖ ਤੋਂ ਭਾਵ ਹੈ ਅਨੇਕਾਂ ਹੀ ਸੁੱਖ, ਕੋਈ ਸੁੱਖ ਪਿੱਛੇ ਨਹੀਂ ਰਹਿੰਦਾ। ਸੇਜ ਸੁਹਾਵੀ ਸਰਬ ਸੁੱਖ, ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਹਰ ਇੱਕ ਸੁੱਖ ਆ ਕੇ ਵਸ ਜਾਂਦਾ ਹੈ। ਫਿਰ ਕੀ ਹੁੰਦਾ ਜੀ? ਹੁਣ ਦੁੱਖਾਂ ਨਾ ਹੀ ਜਾਏ, ਅਤੇ ਉਹਨਾਂ ਅੱਗੇ ਹੁਣ ਦੁੱਖ ਆਉਂਦੇ ਹੀ ਨਹੀਂ। ਜਿੱਥੇ ਪਰਮਾਤਮਾ ਦਾ ਨਾਮ ਆ ਗਿਆ ਉੱਥੇ ਦੁੱਖਾਂ ਦੀ ਕਿਹੜੀ ਗੱਲ ਹੈ ਜੀ? ਦੁੱਖ ਆਉਂਦਾ ਹੀ ਨਹੀਂ। ਅੱਜ ਅਸੀਂ ਦੁਖੀ ਹੁੰਦੇ ਹਾਂ ਇਹਦਾ ਮਤਲਬ ਅਸੀਂ ਨਾਮ ਨਹੀਂ ਜਪਦੇ। ਬਾਣੀ ਅਟਲ ਹੈ ਜੀ, ਬਾਣੀ ਸੱਚੀ ਹੈ, ਬਾਣੀ ਦਾ ਇੱਕ ਇੱਕ ਅੱਖਰ ਸੱਚਾ, ਕੋਈ ਅੱਖਰ ਵੀ ਝੂਠਾ ਨਹੀਂ ਹੈ। ਅਸੀਂ ਬਾਣੀ 'ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ। ਬੜੇ ਇਹੋ ਜਿਹੇ ਲੋਕ ਹੈ ਜਿਹੜੇ ਬਾਣੀ 'ਤੇ ਕਿੰਤੂ ਕਰਦੇ ਹੈ, ਪਰ ਤੁਸੀਂ ਆਪਣੀ ਜ਼ਿੰਦਗੀ ਅੰਦਰ ਬਾਣੀ ਨੂੰ ਢਾਲ ਕੇ ਵੇਖੋ, ਬਾਣੀ 'ਤੇ ਤੁਸੀਂ ਉਂਗਲ ਨਹੀਂ ਚੁੱਕ ਸਕਦੇ। ਮਹਾਰਾਜ ਕਹਿੰਦੇ ਨਾਮ ਤੂੰ ਅੱਜ ਜਪ ਲੈ, 20 ਸਾਲ ਬਾਅਦ ਜਪ ਲਈ। ਜਿੰਨਾ ਸਮਾਂ ਨਾਮ ਨਹੀਂ ਜਪਦਾ ਉਨਾ ਸਮਾਂ ਤੇਰੀ ਜ਼ਿੰਦਗੀ ਸੁੱਖਾਂ ਨਾਲ ਨਹੀਂ ਭਰ ਸਕਦੀ, ਤੇਰੀ ਜ਼ਿੰਦਗੀ 'ਚ ਆਨੰਦ ਨਹੀਂ ਆ ਸਕਦਾ। ਹਰ ਕੇ ਨਾਮ ਬਿਨਾਂ ਦੁੱਖ ਪਾਵੈ,
ਭਗਤ ਬਿਨਾਂ ਸਹਿਸਾ ਨਹੀਂ ਛੂਟੈ, ਗੁਰ ਇਹੋ ਭੇਦ ਬਤਾਵੈ। ਗੁਰੂ ਜੀ ਸਾਨੂੰ ਇਹ ਭੇਦ ਦੱਸਦੇ ਹੈ, ਇਹ ਸਾਨੂੰ ਨੁਕਤਾ ਗੁਰੂ ਜੀ ਦੱਸਦੇ ਹੈ ਵੀ ਸਿੱਖਾ ਜੇ ਤੇਰੀ ਜ਼ਿੰਦਗੀ ਵਿੱਚ ਅੱਜ ਦੁੱਖ ਹੈ ਇਸੇ ਕਰਕੇ ਹੀ ਹੈ, ਤੂੰ ਰੱਬ ਨੂੰ ਭੁੱਲ ਗਿਆ। ਤੇਰੀ ਜ਼ਿੰਦਗੀ ਸੁੱਖਾਂ ਨਾਲ ਭਰ ਸਕਦੀ ਹੈ, ਇੱਕ ਸੁੱਖ ਨਹੀਂ ਜਿਹਨੂੰ ਬਾਣੀ ਨੇ ਆਖਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਲੱਖਾਂ ਹੀ ਖੁਸ਼ੀਆਂ ਹੈ ਜੀ। ਰੱਬ ਦੀ ਨਜ਼ਰ ਵਿੱਚ ਲੱਖਾਂ ਹੀ ਖੁਸ਼ੀਆਂ ਹੈ। ਕਦੋਂ ਖੁਸ਼ੀਆਂ? ਜਦੋਂ ਅਸੀਂ ਆਪਣੀ ਹਿਰਦੇ ਰੂਪੀ ਸੇਜਾਂ ਨੂੰ ਸੋਹਣਾ ਬਣਾ ਲਿਆ। ਇਹ ਸੇਜਾਂ ਕਿਵੇਂ ਸੋਹਣੀ ਬਣੇਗੀ? ਜਦੋਂ ਅਸੀਂ ਪਿਆਰ ਨਾਲ ਜਪਾਂਗੇ ਸਤਨਾਮ ਸ਼੍ਰੀ ਵਾਹਿਗੁਰੂ। ਸੇਜ ਸੁਹਾਵੀ ਸਰਬ ਸੁਖ, ਮਹਾਰਾਜ ਕਹਿੰਦੇ ਸੇਜਾ ਸੋਹਣੀ ਹੋ ਜਾਂਦੀ ਹੈ, ਹੁਣ ਦੁੱਖਾਂ ਨਾ ਹੀ ਜਾਏ, ਉੱਥੇ ਫਿਰ ਦੁੱਖਾਂ ਦਾ ਕੋਈ ਟਿਕਾਣਾ ਨਹੀਂ ਹੈ। ਇਛ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਇਛ ਪੁੰਨੀ ਵਡਭਾਗਣੀ, ਉਹ ਜੀਵ ਰੂਪੀ ਇਸਤਰੀ ਵੱਡਿਆਂ ਭਾਗਾਂ ਵਾਲੀ ਹੈ ਜਿਹਦੀ ਇੱਛਾ ਪੂਰੀ ਹੋ ਗਈ। ਕਿਹੜੀ ਇੱਛਾ ਜੀ? ਵਰ ਪਾਇਆ ਹਰ ਰਾਏ, ਪਰਮਾਤਮਾ ਵਾਹਿਗੁਰੂ ਜੀ ਨੂੰ ਵਰ ਮਿਲ ਗਿਆ। ਜਦੋਂ ਵੀ ਬਾਣੀ ਤੁਸੀਂ ਪੜੋਂਗੇ, ਜੀਵ ਰੂਪੀ ਇਸਤਰੀ ਨੂੰ ਸੰਬੋਧਨ ਕਰਕੇ ਬਾਣੀ ਉਚਾਰਨ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ। ਸਾਡਾ ਪਤੀ ਕੌਣ ਹੈ ਜੀ? ਪਰਮਾਤਮਾ ਵਾਹਿਗੁਰੂ। ਪਤੀ ਸਾਡਾ ਪਰਮਾਤਮਾ ਹੈ, ਅਸੀਂ ਉਹਦੀਆਂ ਇਸਤਰੀਆਂ। ਮਹਾਰਾਜ ਕਹਿੰਦੇ ਉਹ ਇਸਤਰੀ ਦੁਨਿਆਵੀ ਤੌਰ 'ਤੇ ਵੀ ਭਾਗਾਂ ਵਾਲੀ ਹੈ ਜਿਹਨੂੰ ਚੰਗਾ ਪਤੀ ਮਿਲ ਗਿਆ, ਜਿਹੜੀ ਸੁਹਾਗਣ ਹੋ ਗਈ ਉਹ ਵੀ ਭਾਗਾਂ ਵਾਲੀ ਹੈ। ਇਸੇ ਤਰ੍ਹਾਂ ਜਿਹਨੂੰ ਸੱਚਾ ਪਤੀ ਮਿਲ ਜਾਂਦਾ ਪਰਮਾਤਮਾ ਵਾਹਿਗੁਰੂ, ਉਹ ਵੀ ਵੱਡਿਆਂ ਭਾਗਾਂ ਵਾਲਾ। ਪਤੀ ਅਸੀਂ ਅੱਜ ਬਹੁਤ ਬਣਾਏ ਹੋਏ ਹੈ, ਸਾਡੇ ਪਤੀ ਪਤਾ ਹੀ ਨਹੀਂ ਕਿੰਨੇ ਕਹਿ ਜੀ, ਕਿੰਨੇ ਕੁ ਬਾਬੇ ਪਖੰਡੀ ਸਾਧ ਤੁਰੇ ਫਿਰਦੇ ਹੈ, ਅਸੀਂ ਉਹਨਾਂ ਨੂੰ ਰੱਬ ਮੰਨੀ ਬੈਠੇ ਹਾਂ ਜੀ। ਇਹੋ ਜਿਹੇ ਬਾਬਿਆਂ ਨੂੰ ਵੀ ਅਸੀਂ ਰੱਬ ਮੰਨੀ ਬੈਠੇ ਹਾਂ ਜਿਹੜੇ ਜੇਲ੍ਹਾਂ ਦੇ ਵਿੱਚ ਸੜ ਰਹੇ ਹੈ, ਜਿਹੜੇ ਫਰਿੱਜਾਂ ਦੇ ਵਿੱਚ ਲੱਗੇ ਹੋਏ ਹੈ, ਇਹੋ ਜਿਹੇ ਬਾਬਿਆਂ ਨੂੰ ਵੀ ਅਸੀਂ ਰੱਬ ਮੰਨੀ ਬੈਠੇ ਹਾਂ। ਪਰ ਬਾਣੀ ਦੇਖੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਹੜਾ ਰੱਬ ਮੇਰਾ ਸਿੱਖਾ ਉਹੀ ਰੱਬ ਤੇਰਾ ਹੈ। ਸਿੱਧਾਂ ਨੇ ਪੁੱਛਿਆ ਸੀ ਮਹਾਰਾਜ ਜੀ ਤੁਸੀਂ ਕਿਹਦੇ ਚੇਲੇ ਹੋ, ਤੁਹਾਡਾ ਰੱਬ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਦੇ ਲੜ ਧੰਨ ਗੁਰੂ ਨਾਨਕ ਦੇਵ ਮਹਾਰਾਜ ਲੱਗੇ, ਸਾਨੂੰ ਵੀ ਉਹਨਾਂ ਲੜ ਲਾਇਆ, ਗੁਰੂ ਨੇ ਕੋਈ ਓਹਲਾ ਨਹੀਂ ਰੱਖਿਆ। ਤੇ ਸੰਗਤ ਜੀ ਆਪਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗਣਾ। ਇਸ ਗੁਰੂ ਦੇ ਕੋਲ ਦੁਨੀਆ ਦੀ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਜਿਹੜੀ ਤੁਹਾਨੂੰ ਨਹੀਂ ਮਿਲ ਸਕਦੀ। ਮਹਾਰਾਜ ਕਹਿੰਦੇ ਇਛ ਪੁੰਨੀ ਵਡਭਾਗਣੀ, ਉਹ ਜੀਵ ਰੂਪੀ ਇਸਤਰੀ ਵੱਡਿਆਂ ਭਾਗਾਂ ਵਾਲੀ ਬਣ ਗਈ ਜਿਹਦੀ ਮਨ ਦੀ ਮਨੋਕਾਮਨਾ ਪੂਰੀ ਹੋ ਗਈ। ਕਿਹੜੀ ਕਾਮਨਾਵਾਂ? ਵਰ ਪਾਇਆ ਹਰ ਰਾਏ, ਪਰਮਾਤਮਾ ਜੀ ਨੂੰ ਖਸਮ ਮਿਲ ਗਿਆ। ਮਿਲ ਸਹੀ ਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਜਿਹਨੂੰ ਪਰਮਾਤਮਾ ਮਿਲ ਜਾਂਦਾ ਹੈ ਉਹ ਫਿਰ ਮਹਾਰਾਜ ਕਹਿੰਦੇ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣ ਗਾਉਂਦੇ ਹੈ। ਮਿਲ ਸਹੀਆਂ, ਸਹੀਆਂ ਤੋਂ ਭਾਵ ਹੈ ਸਹੇਲੀਆਂ। ਮਿਲ ਸਹੀਆਂ ਮੰਗਲ ਗਾਵਈ, ਪਰਮਾਤਮਾ ਦੇ ਗੀਤ ਗਾਉਂਦੇ ਹੈ, ਪਰਮਾਤਮਾ ਵਾਹਿਗੁਰੂ ਜੀ ਦੀ ਵਡਿਆਈ ਕਰਦੇ ਹੈ। ਕਿਉਂ ਵਡਿਆਈ ਕਰਦੇ ਹੈ? ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੇ ਨਾ ਲਾਏ। ਜਿਹੜਾ ਰੱਬ ਦਾ ਨਾਮ ਜਪਣ ਲੱਗ ਗਿਆ ਉਹਨੂੰ ਇਹ ਗੱਲ ਦਾ ਅਟੱਲ ਫਰਮਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਹਰ ਜਿਹਾ ਅਵਰ ਨਾ ਦਿਸਈ, ਉਹਨੂੰ ਪਰਮਾਤਮਾ ਤੋਂ ਇਲਾਵਾ ਹੋਰ ਦੂਜਾ ਕੋਈ ਨਹੀਂ ਵੇਖਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਆਖਿਆ ਨਾ ਵੀ ਪਾਹੇ ਗਹੇ ਜਬ ਤੇ ਤੁਮਰੇ,
ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਇਹ ਪਰਮਾਤਮਾ ਜਿੱਦਣ ਦਾ ਮੈਂ ਤੇਰੇ ਚਰਨਾਂ ਵਿੱਚ ਆਇਆ, ਮੇਰੀ ਅੱਖ ਥੱਲੇ ਕੋਈ ਦੂਜਾ ਆਇਆ ਹੀ ਨਹੀਂ ਹੈ, ਮੈਂ ਤੈਨੂੰ ਹੀ ਮੰਨਦਾ। ਤੂੰ ਹੀ ਮੇਰਾ ਮਾਤਾ ਪਿਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਮਹਾਰਾਜ ਜੀ ਤੁਸੀਂ ਹੋ ਮੇਰੇ ਹਰ ਜਿਹਾ ਅਵਰਨਾ ਦੀ ਸਹੀ। ਰੱਬ ਦੇ ਪਿਆਰਿਆਂ ਨੂੰ ਰੱਬ ਤੋਂ ਇਲਾਵਾ ਹੋਰ ਦੂਜਾ ਰੱਬ ਨਹੀਂ ਕੋਈ ਵੇਖਦਾ। ਵਿਖੇਗੀ ਕਿਵੇਂ ਜੀ? ਕੋਈ ਦੂਜਾ ਲਵੇ ਨਾ ਲਾਏ, ਰੱਬ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਬਾਣੀ ਦੀ ਆਰੰਭ ਤਾਂ ਹੁੰਦੀ ਹੈ ਇੱਕ ਓਅੰਕਾਰ, ਪਰਮਾਤਮਾ ਇੱਕ ਹੈ। ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਪਰਮਾਤਮਾ ਹੋਰ ਨਹੀਂ ਹੈ। ਹਲਤ ਪਲਤ ਸਵਾਰਿਓਨ ਨਿਹ ਚਲ ਦਿੱਤੀਆਂ ਜਾਏ। ਜਿਹੜਾ ਪਰਮਾਤਮਾ ਦੇ ਲੜ ਲੱਗ ਗਿਆ, ਮਹਾਰਾਜ ਕਹਿੰਦੇ ਹਲਤ ਪਲਤ ਸਵਾਰਿਓਨ, ਪਰਮਾਤਮਾ ਉਹਨਾਂ ਦਾ ਇਹ ਲੋਕ ਵੀ ਸਵਾਰ ਦਿੰਦਾ ਹੈ ਅਤੇ ਵਾਹਿਗੁਰੂ ਜੀ ਪਰਲੋਕ ਵੀ ਸਵਾਰ ਦਿੰਦੇ ਹੈ। ਪਰਮਾਤਮਾ ਦੋਹਾਂ ਥਾਵਾਂ ਦਾ ਰਾਖਾ ਹੈ, ਪਰ ਜੇ ਅਸੀਂ ਸੱਚੇ ਦਿਲੋਂ ਰੱਬ ਨੂੰ ਮੰਨਾਂਗੇ, ਜੇ ਅਸੀਂ ਪਿਆਰ ਨਾਲ ਜਪਾਂਗੇ ਸਤਨਾਮ ਸ਼੍ਰੀ ਵਾਹਿਗੁਰੂ, ਜਦੋਂ ਅਸੀਂ ਪਿਆਰ ਨਾਲ ਸਿਮਰਨ ਕਰਦੇ ਹਾਂ, ਰੱਬ ਇੱਥੇ ਵੀ ਸਹਾਇਤਾ ਕਰਦਾ ਅਤੇ ਉੱਥੇ ਵੀ ਸਹਾਇਤਾ ਕਰਦਾ। ਕਿੱਥੇ ਸਹਾਇਤਾ ਕਰਦਾ? ਜਿਹਨੂੰ ਮਹਾਰਾਜ ਨੇ ਆਖਿਆ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਿੱਥੇ ਮਾਤਾ ਪਿਤਾ ਨੇ ਸਹਾਇਤਾ ਨਹੀਂ ਕਰਨੀ, ਜਿੱਥੇ ਸਾਖ ਸੰਬੰਧੀਆਂ ਨੇ ਨਾਲ ਨਹੀਂ ਜਾਣਾ, ਉੱਥੇ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਫਿਰ ਸਹਾਇਤਾ ਕਰਦਾ। ਹਲਤ ਪਲਤ ਸਵਾਰਿਓਨ ਨਿਹ ਚਲ ਦਿੱਤੀਆਂ ਜਾਏ, ਪਰਮਾਤਮਾ ਉਹਨੂੰ ਡੋਲਣ ਨਹੀਂ ਦਿੰਦਾ, ਉਹਨੂੰ ਸਦਾ ਹੀ ਅਡੋਲ ਰੱਖਦਾ ਹੈ। ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨਾ ਜਨਮੈ ਤਾਏ। ਸੰਸਾਰ ਰੂਪੀ ਸਾਗਰ ਤੋਂ ਪਰਮਾਤਮਾ ਹੱਥ ਦੇ ਕੇ ਬਚਾਉਂਦਾ ਹੈ। ਬਹੁੜ ਨਾ ਜਨਮੈ ਤਾਏ, ਜਨਮਾਂ ਜਨਮਾਂਤਰਾਂ ਦੀ ਦੌੜ ਤੋਂ ਉਹਨੂੰ ਬਚਾ ਲੈਂਦਾ ਹੈ। ਜਿਹਬਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਜਿਹਬਾ ਏਕ ਹੈ ਰੱਬ ਜੀ, ਪਰਮਾਤਮਾ ਜੀ, ਮੇਰੀ ਜਿਹਬਾ ਇੱਕ ਹੈ ਪਰ ਤੁਹਾਡੇ ਗੁਣ ਬਹੁਤ ਹੈ। ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਮਹਾਰਾਜ ਤੁਸੀਂ ਗੁਣਾਂ ਦੇ ਸਾਗਰ ਹੋ, ਸਾਡੀ ਇੱਕ ਜਿਹਬਾ ਤੁਹਾਡੇ ਗੁਣਾਂ ਨੂੰ ਕੀ ਬਿਆਨ ਕਰੇ। ਪਰ ਮਹਾਰਾਜ ਤਰੇ ਨਾਨਕ ਚਰਨੀ ਪਾਏ, ਜਿਹੜੇ ਤੁਹਾਡੇ ਚਰਨਾਂ ਵਿੱਚ ਲੱਗ ਗਏ ਉਹ ਸਤਿਗੁਰੂ ਜੀ ਤਰ ਗਏ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਹੈ। ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਚਰਨਾਂ ਵਿੱਚ ਪੈ ਗਏ, ਨਾਮ ਰੂਪੀ ਬੇੜੇ ਵਿੱਚ ਜਿਹੜੇ ਸਵਾਰ ਹੋ ਜਾਂਦੇ ਹੈ, ਉਹ ਤਰ ਜਾਂਦੇ ਹੈ। ਜਿਹਬਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ, ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਲੱਗ ਗਏ। ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਏ। ਫੱਗਣ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ ਹੈ, ਉਹ ਭਾਈ ਜੇ ਕਿਸੇ ਨੂੰ ਯਾਦ ਕਰਨਾ, ਹਰ ਰੋਜ਼ ਰੱਬ ਨੂੰ ਯਾਦ ਕਰਿਆ ਕਰ। ਦੁਨੀਆਂ ਨੂੰ ਯਾਦ ਕਰੇਗਾ, ਦੁਨੀਆਂ ਤੇਰੇ ਸੌਖੇ ਸਮੇਂ ਵਿੱਚ ਤੇਰੇ ਨਾਲ ਹੈ, ਔਖੇ ਸਮੇਂ ਦੁਨੀਆਂ ਨੇ ਨਾਲ ਨਹੀਂ ਖੜਨਾ। ਸੁੱਖਾਂ ਵਿੱਚ ਤੇਰੇ ਨਾਲ ਹੈ, ਦੁੱਖਾਂ ਵਿੱਚ ਤੇਰੇ ਨਾਲ ਨਹੀਂ ਖੜਨਾ। ਦੁੱਖਾਂ ਵਿੱਚ ਤੇਰੇ ਨਾਲ ਖੜੇਗਾ ਰੱਬ, ਰੱਬ ਵੀ ਉਹਨਾਂ ਨਾਲ ਖੜਦਾ ਜਿਹੜੇ ਰੱਬ ਨੂੰ ਯਾਦ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡਾ ਠੇਕਾ ਨਹੀਂ ਲਿਆ। ਜੇ ਅਸੀਂ ਰੱਬ ਨੂੰ ਨਹੀਂ ਯਾਦ ਕਰਦੇ, ਫਿਰ ਮਹਾਰਾਜ ਕਹਿੰਦੇ ਤੂੰ ਵੀ ਦੁੱਖ ਭੋਗ। ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਜਿਹੋ ਜਿਹਾ ਬੀਜੇਗਾ, ਜੇ ਨਾਮ ਨਹੀਂ ਜਪਦਾ, ਜੇ ਮਾੜੇ ਕਰਮ ਕਰਦਾ, ਫਿਰ ਤੈਨੂੰ ਫਲ ਭੋਗਣਾ ਹੀ ਪਏਗਾ, ਕੋਈ ਬਚਾ ਨਹੀਂ ਸਕਦਾ।
ਵੱਡੇ ਵੱਡਿਆਂ ਨੂੰ ਫਲ ਭੋਗਣੇ ਪਏ ਹੈ ਜੀ, ਫਲ ਗੁਣ ਨਿਤ ਸਲਾਹੀ ਹੈ। ਮਹਾਰਾਜ ਕਹਿੰਦੇ ਫੱਗਣ ਦੇ ਮਹੀਨੇ ਵਿੱਚ ਤੇਰੇ ਵਾਸਤੇ ਉਪਦੇਸ਼ ਹੈ, ਨਿਤ ਸਲਾਹੀ ਹੈ। ਨਿਤ ਤੋਂ ਭਾਵ ਹੈ ਹਰ ਰੋਜ਼, ਹਰ ਰੋਜ਼ ਪਰਮਾਤਮਾ ਦਾ ਨਾਮ ਜਪਿਆ ਕਰ, ਹਰ ਰੋਜ਼ ਗੁਰਦੁਆਰਾ ਸਾਹਿਬ ਆ ਕੇ ਗੁਰੂ ਨੂੰ ਨਮਸਕਾਰ ਕਰਿਆ ਕਰ, ਗੁਰੂ ਦੀ ਬਾਣੀ ਨੂੰ ਪੜਿਆ ਕਰ, ਪਰਮਾਤਮਾ ਦੇ ਨਾਮ ਨੂੰ ਸਿਮਰਿਆ ਕਰ। ਜਦੋਂ ਅਸੀਂ ਪੰਜਾਂ ਪਿਆਰਿਆਂ ਕੋਲੋਂ ਨਾਮ ਦੀ ਦਾਤ ਲੈਂਦੇ ਹਾਂ ਜਾਂ ਜੀ ਅੰਮ੍ਰਿਤ ਛਕਦੇ ਹਾਂ, ਫਿਰ ਪੰਜ ਪਿਆਰੇ ਸਾਨੂੰ ਇੱਕ ਮੰਤਰ ਦਿੰਦੇ ਆ, ਭਾਈ ਗੁਰਮੰਤਰ ਤੇਰੇ ਵਾਸਤੇ ਆ ਹੈ ਤੇ ਮੂਲ ਮੰਤਰ ਤੇਰੇ ਵਾਸਤੇ ਆ, ਇਹਦਾ ਅਭਿਆਸ ਕਰਨਾ। ਕਹਿੰਦੇ ਆ ਨਾ ਜੀ, ਨਿਤਨੇਮ ਕਰਨਾ ਵੱਖਰੀ ਚੀਜ਼ ਹੈ। ਨਿਤਨੇਮ ਪੰਜ ਪਿਆਰੇ ਸਾਨੂੰ ਦਿੰਦੇ ਹੀ ਹੈ ਵੀ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ, ਸ਼ਾਮ ਨੂੰ ਰਹਿਰਾਜ ਸਾਹਿਬ ਦੀ ਬਾਣੀ ਦਾ ਜਾਪ ਕਰਨਾ, ਰਾਤ ਨੂੰ ਸੌਣ ਲੱਗੇ ਕੀਰਤਨ ਸੋਲਾ ਸਾਹਿਬ ਦੀ ਬਾਣੀ ਦਾ ਜਾਪ ਕਰਨਾ। ਸੱਤ ਬਾਣੀਆਂ ਸਿੱਖ ਨੂੰ ਹਰ ਰੋਜ਼ ਪੜ੍ਹਨ ਦੀ ਹਦਾਇਤ ਹੈ, ਪਰ ਨਾਲ ਉਹ ਇਹ ਵੀ ਕਹਿੰਦੇ ਆ ਵੀ ਤੂੰ ਹਰ ਰੋਜ਼ ਮੂਲ ਮੰਤਰ ਦਾ ਵੀ ਅਭਿਆਸ ਕਰਨਾ, ਗੁਰਮੰਤਰ ਦਾ ਵੀ ਅਭਿਆਸ ਕਰਨਾ। ਗੁਰਮੰਤਰ ਕੀ ਹੈ? ਸਤਨਾਮ ਸ਼੍ਰੀ ਵਾਹਿਗੁਰੂ। ਮੂਲ ਮੰਤਰ ਕੀ ਹੈ? ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਜਿਹੜਾ ਵੀ ਸਿੱਖ ਹਰ ਰੋਜ਼ ਨਿਤਨੇਮ ਕਰਦਾ ਹੈ, ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਉਹਦਾ ਇੱਥੇ ਵੀ ਸਹਾਈ ਹੈ ਤੇ ਉੱਥੇ ਵੀ ਸਹਾਈ ਹੈ। ਫਲ ਗੁਣ ਨਿਤ ਸਲਾਹੀ ਹੈ, ਜਿਸਨੂੰ ਤਿਲ ਨਾ ਤਮਾਏ, ਤਮਾਏ ਤੋਂ ਭਾਵ ਹੈ ਉਹਨੂੰ ਆਪਣੀ ਵਡਿਆਈ ਦਾ ਤਿਲ ਮਾਤਰ ਵੀ ਲਾਲਚ ਨਹੀਂ ਹੈ। ਇੱਥੇ ਸਾਨੂੰ ਕੋਈ 20,000 ਦੇਵੇ ਨਾ ਜੀ, ਕੋਈ ਸਾਡੀ ਮਦਦ ਕਰੇ ਮੰਨ ਲਓ, ਤੇ ਜੇ ਅਸੀਂ ਉਹਦੀ ਵਡਿਆਈ ਨਾ ਕਰੀਏ, ਚਾਰ ਬੰਦਿਆਂ ਵਿੱਚ ਖੜ ਕੇ ਉਹਨੇ ਕਹਿਣਾ ਵੀ ਲੈ ਇਹਦੀ ਮੈਂ ਮਦਦ ਵੀ ਕੀਤੀ, ਇਹਨੇ ਵਡਿਆਈ ਵੀ ਕੋਈ ਨਹੀਂ ਕੀਤੀ, ਇਹਦੀ ਮੈਂ ਇੱਥੇ ਸਹਾਇਤਾ ਵੀ ਕੀਤੀ ਹੈ, ਇਹ ਮੈਨੂੰ ਵਡਿਆਉਂਦਾ ਵੀ ਨਹੀਂ। ਹਰ ਕੋਈ, ਮੈਂ ਵੀ ਤੁਹਾਡੇ ਵਿੱਚ ਹਾਂ, ਮੈਂ ਵੀ ਚਾਹੁੰਦਾ ਵੀ ਮੇਰੀ ਵਡਿਆਈ ਹੋਵੇ, ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਵਡਿਆਈ ਹੋਵੇ, ਪਰ ਰੱਬ ਇਹੋ ਜਿਹਾ, ਮਹਾਰਾਜ ਕਹਿੰਦੇ ਮੈਨੂੰ ਕੋਈ ਵਡਿਆਈ ਦੀ ਲਾਲਸਾ ਨਹੀਂ ਹੈ, ਤੂੰ ਮੇਰੀ ਵਡਿਆਈ ਕਰ ਚਾਹੇ ਨਾ ਕਰ, ਜੇ ਵਡਿਆਈ ਕਰੇਗਾ ਮੇਰੇ ਵਾਲੇ ਗੁਣ ਤੇਰੇ ਵਿੱਚ ਆ ਜਾਣਗੇ, ਤੂੰ ਬਖਸ਼ਿਸ਼ ਦੇ ਨਾਲ ਭਰ ਜਾਏਗਾ, ਪਰ ਜੇ ਨਹੀਂ ਵਡਿਆਈ ਕਰਦਾ ਤਾਂ ਵੀ ਮੈਨੂੰ ਕੋਈ ਫਰਕ ਨਹੀਂ, ਰੱਬ ਨੂੰ ਕੋਈ ਫਰਕ ਨਹੀਂ ਹੈ ਜੀ। ਰੱਬ ਨੂੰ ਕੋਈ ਵੱਡਾ ਆਖੇ ਕੋਈ ਛੋਟਾ ਆਖੇ, ਪਰਮਾਤਮਾ ਵੱਡਾ ਹੀ ਹੈ ਜੀ, ਉਹਨੂੰ ਕੋਈ ਫਰਕ ਨਹੀਂ ਪੈਣਾ, ਪਰ ਜਦੋਂ ਅਸੀਂ ਉਹਨੂੰ ਵੱਡਿਆਂ ਕਹਿੰਦੇ ਹਾਂ ਤੇ ਪਰਮਾਤਮਾ ਸਾਨੂੰ ਸਹਿਜੇ ਸਹਿਜੇ ਵੱਡਾ ਕਰ ਦਿੰਦਾ, ਸਹਿਜੇ ਸਹਿਜੇ ਅਸੀਂ ਤਰੱਕੀ ਵਿੱਚ ਜਾਂਦੇ ਹਾਂ। ਜਦੋਂ ਅਸੀਂ ਸਹਿਜੇ ਸਹਿਜੇ ਜਪਦੇ ਹਾਂ ਸਤਨਾਮ ਸ਼੍ਰੀ ਵਾਹਿਗੁਰੂ, ਇਹ ਸਨ ਫੱਗਣ ਦੇ ਮਹੀਨੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ